ਸਾਡਾ ਪਿੰਡ ਬਕਾਊ ਹੈ, ਉਸਕਾ ਬਾਤ ਬਕਾਊ ਹੈ। ਇੱਥੇ ਸਾਡੀ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ, ਬਾਇਓਗੈਸ। ਸਾਡੇ ਪਿੰਡ ਫੈਕਟਰੀ ਨਹੀਂ ਲੱਗਣੀ ਚਾਹੀਦੀ। ਜ਼ਹਿਰੀਲੀ ਗੈਸ ਫੈਕਟਰੀ ਬੰਦ ਕਰੋ, ਬੰਦ ਕਰੋ, ਬੰਦ ਕਰੋ, ਬੰਦ ਕਰੋ। ਬੱਚਿਆਂ ਨੇ ਬਿਮਾਰ ਹੋਣਾ, ਬੁੱਢਿਆਂ ਨੇ ਸਫ਼ਰ ਕਰਨਾ, ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ। ਪਿੰਡ ਬਕਾਊ ਹੀ ਕਰਨਾ ਪਿਆ ਕਿਉਂਕਿ ਰਹਿਣ ਯੋਗ ਹੀ ਨਹੀਂ ਰਹਿਣਾ। ਮੇਰਾ ਘਰ ਵਿਕਾਊ ਹੈ, ਇਹ ਪੋਸਟਰ ਤੁਹਾਨੂੰ ਇਸ ਪਿੰਡ ਦੇ ਹਰ ਘਰ ਤੇ ਵੇਖਣ ਨੂੰ ਮਿਲਣਗੇ, ਕਿਉਂਕਿ ਪਿੰਡ ਦੇ ਲੋਕ ਆਪਣਾ ਪਿੰਡ ਛੱਡਣਾ ਚਾਹੁੰਦੇ ਨੇ, ਜਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪੂਰਾ ਪਿੰਡ ਹੀ ਵਿਕਾਊ ਹੈ। ਲੋਕ ਆਪਣੇ ਘਰ ਵੇਚਣ ਲਈ ਕਾਲੇ ਨੇ, ਕਿਉਂਕਿ ਇਸ ਪਿੰਡ 'ਚ ਬਾਇਓਗੈਸ ਫੈਕਟਰੀ ਲੱਗਣੀ ਹੈ, ਜਿਸ ਕਾਰਨ ਇਸ ਪਿੰਡ ਦੇ ਲੋਕ ਕਾਫੀ ਪਰੇਸ਼ਾਨ ਨੇ। ਇਹ ਪਿੰਡ ਹੈ ਸਮਰਾਲਾ ਦਾ ਮੁਸ਼ਕਾਬਾਦ, ਜਿਸਦਾ ਮਾਮਲਾ ਤਕਰੀਬਨ 2 ਸਾਲ ਤੋਂ ਸੁਰਖੀਆਂ ਦੇ ਵਿੱਚ ਹੈ। ਇਸ ਫੈਕਟਰੀ ਨੂੰ ਬੰਦ ਕਰਨ ਲਈ ਪਿੰਡ ਵਾਸੀਆਂ ਨੇ ਕਈ ਵਾਰ ਪ੍ਰਸ਼ਾਸਨ ਤੇ ਅਧਿਕਾਰੀਆਂ ਨਾਲ ਬਹੁਤ ਵਾਰ ਗੱਲ ਵੀ ਕਰਕੇ ਵੇਖ ਲਈ, ਰੋਸ ਪ੍ਰਦਰਸ਼ਨ ਵੀ ਕਰਕੇ ਵੇਖ ਲਏ, ਪਰ ਕੋਈ ਹੱਲ ਅਜੇ ਤੱਕ ਨਹੀਂ ਨਿਕਲਿਆ ਤੇ ਹੁਣ ਪਿੰਡ ਮੁਸ਼ਕਾਬਾਦ ਤੇ ਹੋਰ ਨਾਲ ਲੱਗਦੇ 2 ਪਿੰਡ ਟੱਪਰੀਆਂ ਤੇ ਖਿਰਨੀਆਂ ਦੇ ਨਿਵਾਸੀਆਂ ਨੇ ਆਪਣੇ ਪਿੰਡਾਂ ਤੇ ਘਰਾਂ ਨੂੰ ਹੀ ਵਿਕਾਊ ਕਰਨ ਦਾ ਫੈਸਲਾ ਲਿਆ ਤੇ ਹੁਣ ਪੋਸਟਰ ਬਣਾ ਕੇ ਘਰਾਂ ਦੇ ਬਾਹਰ ਲਗਾ ਦਿੱਤੇ ਨੇ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਇਹ ਪੋਸਟਰ ਇਸ ਕਰਕੇ ਲਗਾਏ ਹਨ ਕਿ ਜੇਕਰ ਇਹ ਫੈਕਟਰੀ ਲੱਗਦੀ ਹੈ ਤਾਂ ਪਿੰਡ ਦੀ ਹਵਾ ਤੇ ਪਾਣੀ ਖਰਾਬ ਹੋ ਜਾਵੇਗਾ ਅਤੇ ਮਨੁੱਖੀ ਜੀਵਨ ਲਈ ਨਹੀਂ ਰਹੇਗਾ, ਇਸ ਲਈ ਅਸੀਂ ਆਪਣੇ ਘਰ ਵੇਚ ਕੇ ਇੱਥੋਂ ਚਲੇ ਜਾਵਾਂਗੇ। ਪਿੰਡ ਨਿਵਾਸੀਆਂ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੀ 28 ਮਾਰਚ ਨੂੰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਅਣਮਿੱਥੇ ਸਮੇਂ ਲਈ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਅਸੀਂ ਧਰਨਾ ਵੀ ਦੇਵਾਂਗੇ। ਸਰ, ਪਿੰਡ ਬਕਾਊ ਦੇ ਆਪਾਂ ਨੇ, ਮੈਂ ਸਰਪੰਚ ਸਾਹਿਬ ਮਾਲਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਹਾਂ, ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਸੰਬੰਧ ਚ ਲਗਾਏ ਨੇ ਕਿਉਂਕਿ ਇੱਥੇ ਸਾਡੀ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ, ਬਾਇਓਗੈਸ, ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ। ਘੁੰਗਰਾਲੀ ਸਿੱਖਾਂ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ, ਸੋਰੀ ਰਾਜਪੂਤਾਂ, ਤੇ ਉੱਥੇ ਇਹ ਫੈਕਟਰੀ ਲੱਗੀ ਆ ਤਾਂ ਉੱਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉੱਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉੱਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ ਨਹੀਂ ਸਕੇ, 10 ਮਿੰਟ ਵੀ ਉਹਨਾਂ ਨੂੰ ਖੜਨਾ ਮੁਸ਼ਕਿਲ ਹੋ ਗਿਆ ਸੀ, ਇੰਨੀ ਜ਼ਿਆਦਾ ਮਤਲਬ ਗੰਦੀ ਉੱਥੇ ਸਮੈਲ ਸੀਗੀ ਉੱਥੇ, ਮਤਲਬ ਤੁਸੀਂ ਖੁਦ ਸਮਝ ਸਕਦੇ ਹੋ ਵੀ ਕਿਹੋ ਜਿਹੀ ਮਤਲਬ ਬਿਮਾਰੀਆਂ ਫੈਲਣ ਵਾਲੀ ਜਾਂ ਘਟੀਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਨੂੰ ਚੜ੍ਹਨ ਵਾਲੀ, ਤਾਂ ਉਹ ਇੰਨੀ ਗੰਦੀ ਗੈਸ ਸੀਗੀ ਤੇ ਉੱਥੇ 10 ਮਿੰਟ ਨਹੀਂ ਖੜ ਹੋਇਆ ਤਾਂ ਪੂਰਾ ਜੀਵਨ ਉੱਥੇ ਆਪਾਂ ਕਿਵੇਂ ਰਹਿ ਸਕਦੇ ਹਾਂ। ਜਿਵੇਂ ਤੁਸੀਂ ਦੱਸੇ ਪਿੰਡ 'ਚ ਫੈਕਟਰੀ ਲੱਗ ਰਹੀ ਆ, ਉਹਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਅਧਿਕਾਰੀ ਨੂੰ ਮਿਲੇ? ਜੀ ਬਿਲਕੁਲ, ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਪੰਜੀ ਪੰਚਾਇਤ ਹੈਗੀ ਆ ਜਾਂ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਰਾਬਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ, ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ, ਇਹ ਮਤਲਬ ਗੱਲ ਕਰਦੇ ਸੀਗੇ, ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤਾਂ ਜੋ ਹੀ ਨਹੀਂ ਸਰਕ ਰਹੀ ਕੰਨ ਤੋਂ। ਇੱਕ ਵਾਰ ਪਿੰਡ ਵਾਲਿਆਂ ਨੇ ਰੋਡ ਵੀ ਜਾਮ ਕੀਤਾ ਸੀ। ਹਾਂਜੀ, ਧਰਨਾ ਚੱਕਿਆ ਸੀ ਉੱਥੋਂ, ਕਿਸ ਗੱਲ ਵਿੱਚ ਚੱਕਿਆ ਸਰ? ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ। ਕਿਹਨਾਂ ਨੇ ਦਿੱਤਾ ਸੀ ਸਰ? ਇਹ ਜਿਹੜੀ ਮਤਲਬ ਆਪਣੇ ADC ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਧਰਨਾ ਮਤਲਬ ਫੈਕਟਰੀ ਨਹੀਂ ਲੱਗੇਗੀ, ਤਾਂ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ, ਸਹਿਮਤੀ ਬਣ ਗਈ। ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੈ ਸਰ? ਇਹ ਲੜਾਈ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ, ਪਿਛਲੇ 2 ਸਾਲਾਂ ਤੋਂ ਮਤਲਬ ਇਹ 4 ਦੀਵਾਰੀ ਬਣੀ ਸੀਗੀ।
ਨਹੀਂ ਸਰ ਚੱਲਦਾ ਪਿਆ ਜੀ, ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਉੱਥੇ ਸ਼ੁਰੂ ਕਰ ਦਿੰਦੇ ਸਰ। ਇਹ ਪੋਸਟਰ ਇਸ ਲਈ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣ ਯੋਗ ਤਾਂ ਰਹਿਣਾ ਨਹੀਂ ਹੈਗਾ ਵਾਤਾਵਰਨ, ਬੱਚਿਆਂ ਨੇ ਬਿਮਾਰ ਹੋਣਾ, ਬੁੱਢਿਆਂ ਨੇ ਸਫ਼ਰ ਕਰਨਾ, ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ, ਅਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਊ ਹੀ ਕਰਨਾ ਪਿਆ ਕਿਉਂਕਿ ਇਹ ਰਹਿਣ ਯੋਗ ਹੀ ਨਹੀਂ ਰਹਿਣਾ। ਹਾਂਜੀ ਸਰ, ਅਸੀਂ ਬਹੁਤ ਦੁਖੀ ਹਾਂ ਜੀ, ਸਾਨੂੰ 2 ਸਾਲ ਹੋ ਗਏ, ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲੇ ਰਲਿਆ ਹੈ ਜੀ, ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸ ਦਵਾ ਦਿੰਦਾ ਨਾ ਤਾਂ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ। ਕਿਹਨਾਂ ਦੇ ਨਾਲ ਰਲਿਆ ਹੈ? ਕੋਈ ਹੁਣ ਫੈਕਟਰੀ ਵਾਲਿਆਂ ਨਾਲ ਰਲਿਆ ਹੈ, ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ, ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰੋਗੇ ਵੀ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ, ਸਾਡਾ ਆਉਣ ਵਾਲਾ ਪਾਣੀ ਹਵਾ ਦੂਜ ਸਾਰਾ ਕੁਝ ਇਹਨੇ ਕਰ ਦੇਣਾ ਜੀ। ਹੁਣ 40-40 ਫੁੱਟ ਦੇ ਟੋਏ ਪੁੱਟੇ ਪਏ ਜੀ, ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਆਉਣ ਚੱਲਦੀਆਂ ਨੇ, ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ। ਸਾਨੂੰ SDO ਉਹਨੇ ਆਪਣੇ ADC ਸਾਹਿਬ ਨੇ ਕਿਹਾ ਸੀ ਵੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਿੱਦਣ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ। ਇਹਨਾਂ ਨੇ ਉਦੋਂ ਉਹਦੇ ਬਾਵਜੂਦ ਫਿਰ ਕੰਮ ਚਲਾਤਾ ਜੀ, ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ DC ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ, ਤਾਂ ਇਹ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਲੈਣੀ ਆ। ਬਕਾਇਦਾ ADC ਤੇ SDM ਸਾਹਿਬ ਦੀ ਮੌਜੂਦਗੀ 'ਚ ਗੱਲਾਂ ਕਹੀਆਂ ਨੇ ਉਹਨੇ। ਸਾਡੀ ਬੇਨਤੀ ਇਹ ਆ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਫੈਕਟਰੀ ਨਹੀਂ ਲੱਗਣੀ ਚਾਹੀਦੀ, ਸਾਡੇ ਮੰਨ ਲਓ ਆਉਣ ਵਾਲੇ ਬੱਚਿਆਂ ਦਾ ਭਵਿੱਖ, ਮੰਨ ਲਾ ਵੀ ਆਉਣ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਮਰਾਂਗੇ, ਫਿਰ ਆਰਥਿਕ ਪੱਖੋਂ ਮਰਾਂਗੇ, ਸਾਡਾ ਪੈਸਾ ਸਾਡੇ ਕੋਲ ਲੋਕ ਤਾਂ ਪਹਿਲਾਂ ਹੀ ਕਰਜ਼ੇ ਹੀ ਨੇ ਜੀ। ਹੁਣ ਪਿੰਡ ਬਕਾਊ ਲਾਇਆ ਹੋਇਆ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਦੇ ਹਾਂ ਜੀ, ਉੱਥੇ ਅਸੀਂ ਘੰਘਰਾਲੀ ਰਾਜਪੂਤਾਂ ਗਏ ਹਾਂ, ਉਹ ਲੋਕ ਦੁਖੀ ਨੇ, ਉਹ ਕਹਿੰਦੇ ਅਸੀਂ ਰੋਟੀ ਖਾਣ ਕਰਨੀ ਵੀ ਸਾਨੂੰ ਇੰਨੀ ਸਮੈਲ ਮੁਸਕ ਆਉਂਦਾ ਵੀ ਅਸੀਂ ਤਾਂ ਵੀ ਬਹੁਤ ਔਖੇ ਹਾਂ। ਅਸੀਂ ਕਹਿੰਦੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਪਣਾ ਕਿਸੇ ਹੋਰ ਪਾਸੇ ਐਡਜਸਟਮੈਂਟ ਕਰ ਲੈਂਦੇ ਆਪਣੀ, ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਾਵੇ। ਪੋਸਟਰ ਲਾਉਣ ਤੋਂ ਬਾਅਦ ਤੁਸੀਂ ਅਧਿਕਾਰੀ ਕੋਲ ਆਇਆ ਜੀ? ਸਾਡੇ ਕੋਈ ਨਹੀਂ ਜੀ ਆਇਆ। ਤੇ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ? ਅਗਲਾ ਸਟੈਪ ਆ ਜੀ, ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਧਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ। ਧਰਨਾ ਦਾ ਪਹਿਲਾਂ ਵੀ ਲੱਗਿਆ ਸੀ ਸਰ? ਧਰਨਾ ਸਾਡਾ ਲੱਗਿਆ ਸੀ, ਸਾਨੂੰ ਇਹਨਾਂ ਨੇ ADC ਸਾਹਿਬ ਨੇ ਤੇ ਬਾਕੀ DSP ਸਾਹਿਬ, SHO ਸਾਹਿਬ, ਹੋਰ ਪ੍ਰਸ਼ਾਸਨ ਆਇਆ ਜੀ ਨਾਲ, ਉਹ ਕਹਿੰਦੇ ਵੀ ਤੁਹਾਨੂੰ ਹੁਣ ਅਸੀਂ ਇਹਦਾ ਵੀ ਮੰਨ ਲਾ ਵੀ ਅਸੀਂ ਲੱਗਣ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਆ ਜੀ। ਅਸੀਂ ਉਹਦਾ ਨੇ ਵਿਸ਼ਵਾਸ 'ਚ ਆ ਕੇ ਜੀ ਆਪਣਾ ਧਰਨਾ ਹਟਾ ਲਿਆ ਵੀ ਇਹਨਾਂ ਨੇ 25 ਤਰੀਕ ਦਿੱਤੀ ਸੀ, ਉਦੋਂ ਬਾਅਦ ਜੀ ਹੁਣ ਇਹਨਾਂ ਦਾ ਕੰਮ ਫਿਰ ਚੱਲਦਾ, ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫਿਰ ਅਸੀਂ ਉੱਥੇ ਪੱਕਾ ਧਰਨਾ ਲਾਉਣਾ ਜੀ, ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਊ, ਜਿਵੇਂ ਸਾਡਾ ਮੋਰਚਾ ਫਤਿਹ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜੇਗਾ। ਉਹਨਾਂ ਪਿੰਡਾਂ 'ਚ ਕੋਈ ਫੈਕਟਰੀ ਲੱਗ ਰਹੀ ਆ ਤੇ ਜਿਹਦੇ ਸੰਬੰਧ 'ਚ ਮੈਂ ਦੇਖਿਆ ਪਿਛਲੇ ਧਰਨੇ ਵੀ ਲਾਏ ਨੇ ਉਹਨਾਂ ਨੇ ਨਾ, ਤੇ ਮੈਂ ਦੇਖੋ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਖੜਾ, ਤੇ ਉਹਦੇ ਸੰਬੰਧ ਦੇ ਵਿੱਚ ਇੱਕ ਦਿਨ ਅਸੀਂ ਵਿਜਿਟ ਵੀ ਕਰਕੇ ਆਏ ਕਹਿੰਦੇ ਰਾਣੀ ਹੈ ਨਾ, ਤੇ ਪਰ ਹਜੇ ਜਿੰਨਾ ਚਿਰ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਲੋਕ ਨੇ ਤਿੰਨਾਂ ਪਿੰਡਾਂ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ, ਪਰ ਗੱਲ ਇਹ ਆ ਵੀ ਜੇ ਕੋਈ ਉਹਦਾ ਨੁਕਸਾਨ ਆ ਹੈ ਨਾ, ਇਹ ਵੀ ਸਾਨੂੰ ਦੇਖਣਾ ਪੈਂਦਾ ਵੀ ਨੁਕਸਾਨ ਤਾਂ ਨਹੀਂ ਹੈ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਹੈਗੀ, ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰ ਆ, ਸਾਨੂੰ ਡਰ ਉਹਨਾਂ ਦੂਰ ਕਰਨਾ ਪੈਣਾ ਹੈ ਨਾ। ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਹੈ, ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਦਾ ਪਰਿਵਾਰ ਆ, ਜੇ ਮੈਂ ਵਿਧਾਨਸਭਾ ਹਲਕਾ ਸਮਾਣਾ ਦੀ ਗੱਲ ਕਰਾਂ ਤਾਂ ਖਾਸ ਕਰਕੇ ਮੁਸਤਾਬਾਦ ਗ੍ਰਾਮ ਵਿੱਚ ਤਾਂ ਖਾਸ ਆ ਉਸ ਪਿੰਡ ਨਾਲ, ਅਤੇ ਮੈਂ ਹਮੇਸ਼ਾ ਉਹਨਾਂ ਨੂੰ ਲੋਕਾਂ ਦੇ ਨਾਲ ਖੜਾ, ਅਤੇ ਜਿੱਥੇ ਵੀ ਜਿਵੇਂ ਦੀ ਵੀ ਕੋਈ ਗੱਲਬਾਤ ਹੋਵੇ ਮੈਂ ਛੇਤੀ ਉਹਨਾਂ ਦੀ ਮੀਟਿੰਗ ਪਹਿਲਾਂ ਦਾ ਇੱਕ ਦਿਨ ਬਣਾਇਆ ਸੀਗਾ ਪ੍ਰੋਗਰਾਮ ਰੱਦ ਹੋ ਗਿਆ, CM ਸਾਹਿਬ ਨਾਲ ਵੀ ਕਰਾਊਂਗਾ, ਜਿਵੇਂ ਦਾ ਵੀ ਪ੍ਰੋਗਰਾਮ ਆ ਮੈਂ ਉਹਨਾਂ ਨੂੰ ਲਾਉਣਾ ਹਮੇਸ਼ਾ।